ਸੈਂਟਰ ਜਿਹੜਾ ਕਿ ਗੁਰੂਰਜ ਦਿੱਤੇ ਹੈ ਉੱਥੇ ਉਹਨਾਂ ਨੇ ਇੰਟਰਵਿਊ ਲੈਣੀ ਹੈ ਅਤੇ ਐਪਲੀਕੇਸ਼ਨ ਭਰਨਗੇ। ਸੋ ਜਿਨ੍ਹਾਂ ਨੇ ਵੀ ਲੋੜਵੰਦ ਆਪ ਜੀ ਜਾਬਾਂ ਲੱਭ ਰਹੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਉੱਥੇ ਕੱਲ੍ਹ ਨੂੰ ਜਾ ਕੇ ਅਤੇ ਕੱਲ੍ਹ ਨੂੰ ਸ਼ਾਮ ਨੂੰ ਮੈਂ ਪੋਸਟਰ ਵਾਰਡ ਨੋਟਿਸ ਬੋਰਡ 'ਤੇ ਵੀ ਲਾ ਦੇਵਾਂਗਾ। ਸੋ 45 ਜਾਬਾਂ ਜਿਨ੍ਹਾਂ ਨੂੰ ਲੋੜ ਹੋਵੇ ਜ਼ਰੂਰ ਜੀ ਉਹਨਾਂ ਨਾਲ ਸੰਪਰਕ ਪੈਦਾ ਕਰਕੇ, ਕਿਉਂਕਿ ਇਹ ਸਾਰਾ ਮਾਲ ਜਿਹੜਾ ਨਵਾਂ ਬਣ ਰਿਹਾ ਹੈ। 45 ਜਾਬਾਂ ਉਹਨਾਂ ਦੀ ਸ਼ਾਪਰ ਡਰੱਗ ਮਾਰਨ ਵਾਸਤੇ ਨੇ, ਬਾਕੀ ਕੁਛ ਹੋਰ ਵੀ ਬਣਾ ਰਹੇ ਨੇ ਉਹਨਾਂ ਵਾਸਤੇ ਵੀ ਆਉਣ ਵਾਲੇ ਸਮੇਂ 'ਚ ਜ਼ਰੂਰ ਮੈਂ ਸਟੇਜ ਤੋਂ ਦੱਸਾਂਗਾ। ਸੋ ਲੋੜਵੰਦ ਜ਼ਰੂਰ ਆਪ ਜੀ ਪਹੁੰਚਾਉਣਾ। ਆਓ ਬੜੇ ਪਿਆਰ ਦੇ ਨਾਲ ਭਾਈ ਸਤਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਹੁਣ ਗੁਰਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
Amen.
Thank you.
तेग बहादुर के चलत तेरा मन तेरी
ਮਾਤਾ